ਅਣਪਛਾਤੇ ਨੌਜਵਾਨਾਂ ਨੇ ਕੱਪੜੇ ਦੀ ਦੁਕਾਨ ਤੇ ਚਲਾਈਆਂ ਤਾਬੜਤੋੜ ਗੋਲੀਆਂ। 2 ਤੋਂ 3 ਰਾਊਂਡ ਦੇ ਕਰੀਬ ਹੋਈ ਫਾਇਰਿੰਗ। ਬਾਈਕ ਤੇ ਆਏ ਸੀ ਹਮਲਾਵਰ ਦੁਕਾਨਦਾਰ ਤੇ ਕੀਤਾ ਜਾਨਲੇਵਾ ਹਮਲਾ। ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਅੰਮ੍ਰਿਤਸਰ ਦੇ ਨਾਲ ਲੱਗਦੇ ਪਿੰਡ ਚੁਗਾਵਾਂ 'ਚ ਇੱਕ ਕੱਪੜੇ ਦੀ ਦੁਕਾਨ 'ਤੇ ਸ਼ਾਮ ਦੇ ਸਮੇਂ 2 ਹਮਲਾਵਰ ਬਾਈਕ 'ਤੇ ਆਉਂਦੇ ਨੇ ਅਤੇ ਆਉਂਦਿਆਂ ਹੀ ਉਹਨਾਂ ਦੇ ਵੱਲੋਂ ਦੁਕਾਨ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਦੱਸਿਆ ਜਾ ਰਿਹਾ ਕਿ 2 ਹਮਲਾਵਰ ਬਾਈਕ 'ਤੇ ਸਵਾਰ ਹੋ ਕੇ ਦੁਕਾਨ ਦੇ ਨੇੜੇ ਪਹੁੰਚਦੇ ਨੇ ਅਤੇ ਫਿਰ ਬਾਈਕ ਤੋਂ ਉਤਰਦਿਆਂ ਹੀ ਉਹ ਆਪਣੇ ਹਥਿਆਰ ਕੱਢ ਕੇ ਦੁਕਾਨ 'ਤੇ ਤਾਬੜਤੋੜ ਗੋਲੀਆਂ ਚਲਾ ਦਿੰਦੇ ਨੇ। ਹਾਲਾਂਕਿ ਕਿਸ ਵਜ੍ਹਾ ਦੇ ਨਾਲ ਇਹ ਗੋਲੀਆਂ ਚਲਾਈਆਂ ਗਈਆਂ, ਕੀ ਸਾਜ਼ਿਸ਼ ਸੀ, ਕੀ ਟੀਚਾ ਸੀ ਉਹਨਾਂ ਦਾ, ਇਹ ਸਭ ਨੂੰ ਲੈ ਕੇ ਜਾਂਚ ਦਾ ਵਿਸ਼ਾ ਦੱਸਿਆ ਜਾ ਰਿਹਾ। ਪਰ ਫਿਲਹਾਲ ਤੁਸੀਂ CCTV ਤਸਵੀਰਾਂ ਦੇਖ ਸਕਦੇ ਹੋ, ਜਿਸ 'ਚ ਨਜ਼ਰ ਆ ਰਿਹਾ ਕਿ 2 ਸ਼ਖਸ ਦਾਖਲ ਹੁੰਦੇ ਨੇ ਦੁਕਾਨ 'ਚ ਅਤੇ ਉਹਨਾਂ ਦੇ ਵੱਲੋਂ ਬਾਹਰੋਂ ਹੀ ਜੋ ਹੈ ਤਾਬੜਤੋੜ ਦੁਕਾਨ 'ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਜੋ ਦੁਕਾਨ ਦਾ ਸ਼ੀਸ਼ਾ ਸੀਗਾ ਉਹ ਚੂਰ ਚੂਰ ਹੋ ਜਾਂਦਾ ਅਤੇ ਜੋ ਦੁਕਾਨਦਾਰ ਦੁਕਾਨ ਦੇ ਵਿੱਚ ਮੌਜੂਦ ਸੀ ਉਹ ਲੁੱਕ ਕੇ ਆਪਣੀ ਜਾਨ ਬਚਾਉਂਦਾ। ਹਾਲਾਂਕਿ ਦੁਕਾਨ ਦੇ ਵਿੱਚ ਹੋਰ ਵੀ ਜੋ ਵਿਅਕਤੀ ਸੀ ਉਹ ਲੁੱਕ ਛਿਪ ਕੇ ਆਪਣੀ ਜਾਨ ਬਚਾਉਂਦੇ ਨੇ। ਵੀ ਵੱਡਾ ਹਾਦਸਾ ਵੀ ਹੋ ਸਕਦਾ ਸੀ, ਜੇ ਗੋਲੀ ਕਿਤੇ ਥਾਂ ਟਿਕਾਣੇ ਲੱਗਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਪਰ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਸ਼ਾਮ ਦੇ ਸਮੇਂ ਤਕਰੀਬਨ 7:30 ਵਜੇ ਦੇ ਕਰੀਬ 2 ਹਮਲਾਵਰ ਬਾਈਕ 'ਤੇ ਸਵਾਰ ਹੋ ਕੇ ਦੁਕਾਨ ਦੇ ਨੇੜੇ ਪਹੁੰਚਦੇ ਨੇ ਅਤੇ ਜਿਵੇਂ ਹੀ ਉਹ ਬਾਈਕ ਤੋਂ ਉਤਰਦੇ ਨੇ ਤਾਂ ਦੁਕਾਨ ਦੇ ਵੱਲ ਨਿਸ਼ਾਨਾ ਲਗਾ ਕੇ ਜੋ ਤਾਬੜਤੋੜ ਹੈ ਗੋਲੀਆਂ ਦੀ ਬਰਸਾਤ ਕਰਨੀ ਸ਼ੁਰੂ ਕਰ ਦਿੰਦੇ ਨੇ। ਫਿਲਹਾਲ ਪੁਲਿਸ ਦੇ ਵੱਲੋਂ CCTV ਤਸਵੀਰਾਂ ਦੇ ਆਧਾਰ 'ਤੇ ਜੋ ਮਾਮਲਾ ਉਹ ਦਰਜ ਕਰ ਲਿਆ ਗਿਆ ਅਤੇ ਅੱਗੇ ਦੀ ਜੋ ਕਾਰਵਾਈ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ। ਇਹ ਪਵਨ ਕਲੈਕਸ਼ਨ ਨਾਂ ਦੀ ਦੁਕਾਨ ਹੈਗੀ ਹੈ, ਇੱਥੇ ਸ਼ੋਰੂਮ ਆ ਅਤੇ ਕੱਲ੍ਹ ਸ਼ਾਮੀ ਕਰੀਬ 7:30 ਵਜੇ ਫਾਇਰਿੰਗ ਇੰਸੀਡੈਂਸ ਹੋਇਆ ਵਾ ਅਤੇ ਇਹਦੇ ਸੰਬੰਧ ਦੇ ਵਿੱਚ ਜਿਹੜਾ ਹੈਗਾ 2 ਅਣਪਛਾਤੇ ਨੌਜਵਾਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਆ। ਅੱਗੇ ਫਰਦਰ ਤਫਤੀਸ਼ ਕਰ ਰਹੇ ਹਾਂ, ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਾਂਗੇ। ਸਰ, ਇਹ ਨੌਜਵਾਨ ਕਾਤੇ ਆਏ ਸੀ, ਕਿੰਨੇ ਵਜੇ ਦਾ ਸਮਾਂ ਸੀਗਾ? ਇਹ ਕੱਲ੍ਹ ਸ਼ਾਮੀ 7:30 ਵਜੇ ਸਪਲੈਂਡਰ ਮੋਟਰਸਾਈਕਲ 'ਤੇ ਸੀਗੇ ਜੀ। ਹਾਂ, ਅਤੇ ਸਰ ਕੋਈ CCTV ਦੇ ਵਿੱਚ ਕੋਈ ਚੀਜ਼ ਸਾਹਮਣੇ ਆਈ ਹੈ ਜੀ? ਲੱਗੇ ਹੋਏ ਆ, ਅਜੇ ਉਹਨਾਂ ਦੀ ਮਤਲਬ ਕਲੀਅਰ ਕਰਕੇ ਸਾਰਾ ਕੁਛ ਫਿਰ ਤੁਹਾਨੂੰ ਦੱਸਾਂਗੇ। ਸਰ, ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਇਹ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ, ਕੋਈ ਰਜਿਸਟਰ ਸੀ, ਫਰੌਦੀ ਦਾ ਮਾਮਲਾ, ਕੀ ਮਾਮਲਾ ਜੀ? ਇਹ ਅਜੇ ਤਫਤੀਸ਼ ਦਾ ਪਾਰਟ ਆ, ਫਿਲਹਾਲ ਇਸ ਸਟੇਜ ਦੇ ਉੱਤੇ ਨਹੀਂ ਕੁਝ ਕਿਹਾ ਜਾ ਸਕਦਾ ਅਤੇ ਫਾਇਰ ਉੱਥੇ 2 ਤੋਂ 3 ਦੇ ਕਰੀਬ ਹੋਏ ਨੇ। ਕੁਝ ਜਾਨੀ ਨੁਕਸਾਨ ਸਰ ਹੋਇਆ ਕਿਸੇ? ਨਹੀਂ ਨਹੀਂ, ਕੁਛ ਨਹੀਂ, ਸ਼ੀਸ਼ੇ ਦੇ ਵਿੱਚ ਗੋਲੀ। ਅਣਪਛਾਤੇ ਨੌਜਵਾਨਾਂ ਨੇ ਕੱਪੜੇ ਦੀ ਦੁਕਾਨ 'ਤੇ ਚਲਾਈਆਂ ਤਾਬੜਤੋੜ ਗੋਲੀਆਂ। 2 ਤੋਂ 3 ਰਾਊਂਡ ਦੇ ਕਰੀਬ ਹੋਈ ਫਾਇਰਿੰਗ। ਬਾਈਕ 'ਤੇ ਆਏ ਸੀ ਹਮਲਾਵਰ ਦੁਕਾਨਦਾਰ 'ਤੇ ਕੀਤਾ ਜਾਨਲੇਵਾ ਹਮਲਾ। ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਅੰਮ੍ਰਿਤਸਰ ਦੇ ਨਾਲ ਲੱਗਦੇ ਪਿੰਡ ਚੁਗਾਵਾਂ 'ਚ ਇੱਕ ਕੱਪੜੇ ਦੀ ਦੁਕਾਨ 'ਤੇ ਸ਼ਾਮ ਦੇ ਸਮੇਂ 2 ਹਮਲਾਵਰ ਬਾਈਕ 'ਤੇ ਆਉਂਦੇ ਨੇ ਅਤੇ ਆਉਂਦਿਆਂ ਹੀ ਉਹਨਾਂ ਦੇ ਵੱਲੋਂ ਦੁਕਾਨ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਦੱਸਿਆ ਜਾ ਰਿਹਾ ਕਿ 2 ਹਮਲਾਵਰ ਬਾਈਕ 'ਤੇ ਸਵਾਰ ਹੋ ਕੇ ਦੁਕਾਨ ਦੇ ਨੇੜੇ ਪਹੁੰਚਦੇ ਨੇ ਅਤੇ ਫਿਰ ਬਾਈਕ ਤੋਂ ਉਤਰਦਿਆਂ ਹੀ ਉਹ ਆਪਣੇ ਹਥਿਆਰ ਕੱਢ ਕੇ ਦੁਕਾਨ 'ਤੇ ਤਾਬੜਤੋੜ ਗੋਲੀਆਂ ਚਲਾ ਦਿੰਦੇ ਨੇ। ਹਾਲਾਂਕਿ ਕਿਸ ਵਜ੍ਹਾ ਦੇ ਨਾਲ ਇਹ ਗੋਲੀਆਂ ਚਲਾਈਆਂ ਗਈਆਂ, ਕੀ ਸਾਜ਼ਿਸ਼ ਸੀ, ਕੀ ਟੀਚਾ ਸੀ ਉਹਨਾਂ ਦਾ, ਇਹ ਸਭ ਨੂੰ ਲੈ ਕੇ ਜਾਂਚ ਦਾ ਵਿਸ਼ਾ ਦੱਸਿਆ ਜਾ ਰਿਹਾ। ਪਰ ਫਿਲਹਾਲ ਤੁਸੀਂ CCTV ਤਸਵੀਰਾਂ ਦੇਖ ਸਕਦੇ ਹੋ, ਜਿਸ 'ਚ ਨਜ਼ਰ ਆ ਰਿਹਾ ਕਿ 2 ਸ਼ਖਸ ਦਾਖਲ ਹੁੰਦੇ ਨੇ ਦੁਕਾਨ 'ਚ ਅਤੇ ਉਹਨਾਂ ਦੇ ਵੱਲੋਂ ਬਾਹਰੋਂ ਹੀ ਜੋ ਹੈ ਤਾਬੜਤੋੜ ਦੁਕਾਨ 'ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਜੋ ਦੁਕਾਨ ਦਾ ਸ਼ੀਸ਼ਾ ਸੀਗਾ ਉਹ ਚੂਰ ਚੂਰ ਹੋ ਜਾਂਦਾ ਅਤੇ
ਜੋ ਦੁਕਾਨਦਾਰ ਦੁਕਾਨ ਦੇ ਵਿੱਚ ਮੌਜੂਦ ਸੀ ਉਹ ਲੁਕ ਕੇ ਆਪਣੀ ਜਾਨ ਬਚਾਉਂਦਾ। ਹਾਲਾਂਕਿ ਦੁਕਾਨ ਦੇ ਵਿੱਚ ਹੋਰ ਵੀ ਜੋ ਵਿਅਕਤੀ ਸੀ ਉਹ ਲੁਕ ਛਿਪ ਕੇ ਆਪਣੀ ਜਾਨ ਬਚਾਉਂਦੇ ਨੇ। ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ, ਜੇ ਗੋਲੀ ਕਿਤੇ ਥਾਂ ਟਿਕਾਣੇ ਲੱਗਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਪਰ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਸ਼ਾਮ ਦੇ ਸਮੇਂ ਤਕਰੀਬਨ 7:30 ਵਜੇ ਦੇ ਕਰੀਬ ਦੋ ਹਮਲਾਵਰ ਬਾਈਕ 'ਤੇ ਸਵਾਰ ਹੋ ਕੇ ਦੁਕਾਨ ਦੇ ਨੇੜੇ ਪਹੁੰਚਦੇ ਨੇ ਅਤੇ ਜਿਵੇਂ ਹੀ ਉਹ ਬਾਈਕ ਤੋਂ ਉਤਰਦੇ ਨੇ ਤਾਂ ਦੁਕਾਨ ਦੇ ਵੱਲ ਨਿਸ਼ਾਨਾ ਲਗਾ ਕੇ ਜੋ ਤਾਬੜ ਤੋੜ ਹੈ ਗੋਲੀਆਂ ਦੀ ਬਰਸਾਤ ਕਰਨੀ ਸ਼ੁਰੂ ਕਰ ਦਿੰਦੇ ਨੇ। ਫਿਲਹਾਲ ਪੁਲਿਸ ਦੇ ਵੱਲੋਂ CCTV ਤਸਵੀਰਾਂ ਦੇ ਆਧਾਰ 'ਤੇ ਜੋ ਮਾਮਲਾ ਉਹ ਦਰਜ ਕਰ ਲਿਆ ਗਿਆ ਅਤੇ ਅੱਗੇ ਦੀ ਜੋ ਕਾਰਵਾਈ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ। ਇਹ ਪਵਨ ਕਲੈਕਸ਼ਨ ਨਾਂ ਦੀ ਦੁਕਾਨ ਹੈਗੀ ਹੈ, ਇੱਥੇ ਸ਼ੋਰੂਮ ਆ, ਅਤੇ ਕੱਲ੍ਹ ਸ਼ਾਮੀ ਕਰੀਬ 7:30 ਵਜੇ ਫਾਇਰਿੰਗ ਇੰਸੀਡੈਂਸ ਹੋਇਆ ਵਾ ਅਤੇ ਇਹਦੇ ਸੰਬੰਧ ਦੇ ਵਿੱਚ ਜਿਹੜਾ ਹੈਗਾ ਦੋ ਅਣਪਛਾਤੇ ਨੌਜਵਾਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਆ। ਅੱਗੇ ਫਰਦਰ ਤਫਤੀਸ਼ ਕਰ ਰਹੇ ਹਾਂ, ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਾਂਗੇ। ਇਹ ਕੱਲ੍ਹ ਸ਼ਾਮੀ 7:30 ਵਜੇ ਸਪਲੈਂਡਰ ਮੋਟਰਸਾਈਕਲ 'ਤੇ ਸੀਗੇ ਜੀ। ਹਾਂ, CCTV ਦੇ ਵਿੱਚ ਕੋਈ ਚੀਜ਼ ਸਾਹਮਣੇ ਆਈ ਹੈ ਜੀ? ਲੱਗੇ ਹੋਏ ਆ ਅਜੇ ਉਹਨਾਂ ਦੀ, ਮਤਲਬ ਕਲੀਅਰ ਕਰਕੇ ਸਾਰਾ ਕੁਛ ਫਿਰ ਤੁਹਾਨੂੰ ਦੱਸਾਂਗੇ। ਸਰ, ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਇਹ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ? ਕੋਈ ਰਜਿਸਟਰ ਸੀ, ਫਰੌਦੀ ਦਾ ਮਾਮਲਾ, ਕੀ ਮਾਮਲਾ ਜੀ? ਇਹ ਅਜੇ ਤਫਤੀਸ਼ ਦਾ ਪਾਰਟ ਆ, ਫਿਲਹਾਲ ਇਸ ਸਟੇਜ ਦੇ ਉੱਤੇ ਨਹੀਂ ਕੁਝ ਕਿਹਾ ਜਾ ਸਕਦਾ। ਅਤੇ ਫਾਇਰ ਉੱਥੇ 2 ਤੋਂ 3 ਦੇ ਕਰੀਬ ਹੋਏ ਨੇ। ਜਾਨੀ ਨੁਕਸਾਨ ਸਰ ਹੋਇਆ ਕਿਸੇ? ਨਹੀਂ ਨਹੀਂ, ਕੁਛ ਨਹੀਂ, ਸ਼ੀਸ਼ੇ ਦੇ ਵਿੱਚ ਗੋਲੀ।